ਉਦੋਂ ਚਾਨ ਕੇ ਸੀ ਗਰਾਊਂਡ ਦੇ ਵਿੱਚ ਮਿਹਨਤ ਕਰਕੇ ਮੈਂ ਬੈਠਾ ਸੀਗਾ ਤੇ ਸਾਈਕਲ ਤੇ ਜਿੱਦਾਂ ਇਹ ਆਇਆ ਤੇ ਕੰਧ ਛੋਟੀ ਛੋਟੀ ਉੱਤੋਂ ਝਾਤੀਆਂ ਮਾਰਦੇ ਜਿੱਦਾਂ ਬੱਚੇ ਮਾਰਦੇ ਹੁੰਦੇ ਵੀ ਮੈਨੂੰ ਕੋਈ ਕਵੇ ਨਾ ਝਿੜਕੇ ਨਾ ਕੋਈ। ਹਾਂਜੀ ਮੈਂ ਕਿਹਾ ਤੂੰ ਕੌਣ ਆ? ਕਹਿੰਦਾ ਜੀ ਮੈਂ ਜਲਾਲਪੁਰੋਂ ਹਾਂ। ਮੈਂ ਕੀ ਕਰਨਾ ਆ? ਮੈਂ ਕਹਿੰਦਾ ਕਬੱਡੀ ਸਿੱਖਣੀ ਹੈ ਖੇਡਣੀ। ਅੱਛਾ। ਤੇ ਮੈਂ ਕਿਹਾ ਹੱਥ ਦਿਖਾ ਦੇ। ਜਿਹਦੇ ਹੱਥ ਮੈਂ ਦੇਖੇ ਤੇ ਹੱਥ ਬਹੁਤ ਲੰਮੇ ਲੰਮੇ ਸੀ। ਜਿੱਦਾਂ ਦੱਸਿਆ ਵੀ ਪੱਲੇ ਦਾ ਵਿਆਹ ਸੀਗਾ ਵੀ ਉਹਨੇ ਜਿਹੜੀ ਵਰਦੀ ਮੈਨੂੰ ਪਹਿਲੋਂ ਲੈ ਕੇ ਕੋਟ ਸਵਾ ਕੇ ਨੰਦਾ ਦੇ ਜਿਹੜਾ ਪੈਸੇ 10 ਰੁਪਏ ਮੈਨੂੰ ਕਿਹਾ ਕੁਛ ਮੈਨੂੰ ਦਿਓ ਤੇ ਮੈਂ ਮੱਥਾ ਟੇਕਣਾ। ਇਦੋਂ ਵੱਡਾ ਸਤਿਕਾਰ ਹੋਰ ਕੀ ਹੋ ਸਕਦਾ? ਪਰ ਜਿੱਥੇ ਗਲਤੀ ਸੀ ਮੈਂ ਡੰਡੇ ਨਾਲ ਕੁੱਟ ਲੈਂਦਾ। ਅੱਛਾ ਜੀ। ਹਾਂ, ਨਿੱਕੂ ਸੀਗਾ, ਰਾਤ ਨੂੰ ਮਿਲਣ ਕੋਈ ਗੱਲ ਹੋਈ ਮੈਂ ਡੰਡੇ ਨਾਲ ਦੋਵਾਂ ਨੂੰ ਕੁੱਟਿਆ। ਪਰ ਉਹ ਚੀਜ਼ਾਂ ਹੋਰ ਚੀਜ਼ ਮੈਂ ਨਾ ਰੱਖਦੀਆਂ, ਉਹ ਕੋਚ ਵਾਲੀਆਂ ਨੀਗੀਆਂ। ਜਦੋਂ ਬਾਅਦ ਦੇ ਵਿੱਚ ਮਾਲ ਵਾਲਿਆਂ ਨੂੰ ਪਤਾ ਲੱਗਾ ਵੀ ਯਾਰ ਪਾਲਾ ਹੁਣ ਸ਼ਾਹਗੜ੍ਹ ਦੀ ਟੀਮ ਬਣ ਗਈ ਉੱਥੇ ਖੇਡਣਾ, ਮੈਨੂੰ ਕਹਿੰਦੇ ਵੀ ਜਾ ਉਹ ਭਾਜੀ ਤੂੰ ਸਾਨੂੰ ਕਿਹਾ ਸੀਗਾ, ਅਤੇ ਉਹ ਮੈਂ ਨਾ ਨਾਰਾਜ਼ ਹੋ ਗਿਆ ਯਾਰ ਤੂੰ ਚੰਗੀ ਨਹੀਂ ਕੀਤੀ ਛੱਡਣਾ ਜਿਹੜਾ ਪਾਲਾ ਸਾਡੇ ਨਹੀਂ ਖਿਲਾਇਆ। ਇਹਨਾਂ ਦੇ ਜਿਹੜੇ ਮਨ 'ਚ ਭੁਲੇਖੇ ਸੀਗੇ ਵੀ ਜਿੱਦਾਂ ਹੁਣ ਅਸੀਂ ਤਕੜੇ ਹੋ ਗਏ ਹਾਂ ਗਰਾਊਂਡਾਂ 'ਚ ਮੈਚ ਲਾ ਕੇ ਵੀ ਹਰਾਇਆ ਵੀ ਆ ਜਾਓ ਤੁਸੀਂ ਪਹਿਲਾਂ ਉੱਚੇ ਸਮਝ ਲੱਗ ਪਏ ਧੌਣ ਤਾਣ ਕਰਕੇ ਤੁਰ ਪਏ ਅਤੇ ਥੱਲੇ ਠੇਡਾ ਵੱਜਣਾ ਹੀ ਵੱਜਣਾ। ਜੇ ਤੁਸੀਂ ਦੇਖ ਕੇ ਤੁਰੋਗੇ ਅਤੇ ਚੰਗੇ ਰਹੋਗੇ। ਇਸ ਕਰਕੇ ਜ਼ਿੰਦਗੀ ਜਿਹੜੀ ਆ ਇਹ ਠੋਕਰਾਂ ਭਰੀ ਆ, ਬੰਦੇ ਨੂੰ ਸੋਚ ਸਮਝ ਕੇ ਚੱਲਣਾ ਚਾਹੀਦਾ। ਜੇ ਕਿਸੇ ਦਾ ਸਤਿਕਾਰ ਕਰੋਗੇ ਤੁਹਾਡਾ ਕਰੂਗਾ, ਜੇ ਤੁਸੀਂ ਨਹੀਂ ਕਰੋਗੇ ਤੁਹਾਡਾ ਨਹੀਂ ਕਰੂਗਾ। ਹਾਂਜੀ। ਟੇਬਲ ਤੇ ਵੀ ਆਇਆ ਮਜਰ ਬਈ। ਹਾਂਜੀ ਹਾਂਜੀ, ਆਹੀ ਲਾ ਦੋ ਨਹੀਂ ਤੇ ਆਇਆ। ਮੈਂ ਤਾਂ ਸਵੇਰ ਦਾ ਮਿੱਟੀ ਪਾਉਣ ਲਏ ਲੋਕ। ਅੱਛਾ ਜੀ। ਬੰਨਾਂ ਦਾ ਟਰਾਲੀਆਂ ਟਰੂਲੀਆਂ ਐਂਟਰ ਬਾਅਦ ਦੂਜਾ ਹਰਾ। ਠੀਕ ਆ ਠੀਕ ਆ। ਕਬੱਡੀ ਦੇ ਨਾਲ ਨਾਲ ਸੇਵਾ ਵੀ? ਹਾਂ, ਮੈਂ ਕਿਸਾਨ ਮਜ਼ਦੂਰ ਸੰਘ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਵੀ ਹਾਂ। ਅੱਛਾ। ਕਿਸਾਨ ਮਜ਼ਦੂਰ ਸੰਘ ਕਮੇਟੀ ਦਾ? ਠੀਕ ਆ ਠੀਕ ਆ। ਲੋਕ ਕਬੱਡੀ 25 ਸਾਲ ਯੰਗ ਅਤੇ 5-4 ਸਾਲ ਬੁੜਿਆਂ ਵਾਲੀ 40 ਸਾਲ ਵਾਲੀ। ਅੱਛਾ ਜੀ। ਯਾਨੀ 30 ਸਾਲ ਕਬੱਡੀ ਅਜੇ ਪੂਰੇ ਕੀਤੇ ਅਤੇ ਉਹਦੇ ਨਾਲ ਨਾਲ ਫਿਰ ਜਿੱਦਾਂ ਕੋਚ ਵੀ ਕਬੱਡੀ ਦੇ ਬੁੜਿਆਂ ਸਿਖਲਾਈ ਬਹੁਤ ਦਿੱਤੀ। ਹਾਂਜੀ। ਬਹੁਤ ਪਲੇਅਰ ਨਿਕਲੇ, ਪਲੇਅਰ ਬਣੇ। ਅੰਕਲ ਆਪਣੇ ਕਿਹੜੇ ਕਿਹੜੇ ਪਲੇਅਰ ਆਪਣੇ ਤਿਆਰ ਕੀਤੇ ਤੁਸੀਂ? ਪਲੇਅਰ ਤਾਂ ਜਿੱਦਾਂ ਹੁਣ ਮੇਨ ਜਿੱਦਾਂ ਪਾਲਾ ਜਲਾਲਪੁਰ ਗਿਆ ਵਾ ਉਹ ਤਿਆਰ ਹੋਇਆ ਅਤੇ ਜਿੱਦਾਂ ਸਿੰਧੜਾ ਗਰਲਾਲ ਸੀਗਾ, ਨਿੱਕੂ ਜਿਹੜਾ ਗੁਜ਼ਰ ਗਿਆ, ਹਾਂਜੀ, ਬਿੱਟੂ ਜਲਾਲਪੁਰ ਗਿਆ, ਦਿਸ਼ਾ ਨਵਾਂ ਪਿੰਡ ਖਿਆਲ ਤੋਂ, ਪਤਾ ਨਹੀਂ ਕਿੰਨੇ ਕੁ ਹੁਣ ਪਲੇਅਰ ਨੂੰ ਚੇਤੇ ਮਾਲਵੇ ਵਿੱਚ ਵੀ ਜਿਹੜੇ ਬੰਦਿਆਂ ਨੇ ਮੇਰੇ ਕੋਲ ਮਿਹਨਤ ਕੀਤੀ ਆ ਸਿਖਲਾਈ ਲਈ ਆ ਉਹ ਨਾਲ ਹੀ, ਚਾਹੇ ਜੇ ਕੋਈ ਭਰਤੀ ਹੋਣਾ ਤਾਂ ਭਰਤੀ ਹੋਇਆ, ਚਾਹੇ ਤਕੜੇ ਪਲੇਅਰ ਬਣੇ। ਹਾਂਜੀ। ਉਹ ਜਿਹੜਾ ਕੋਈ ਕਬੱਡੀ ਦੇ ਵਿੱਚ ਕੋਈ ਲਾਲਚ ਨਹੀਂ ਤੱਕਿਆ, ਉਹ ਖੇਡੇ ਵੀ ਆ ਅਤੇ ਜਿਹੜਾ ਉਦੋਂ ਵੀ ਲਾਲਚ ਨਹੀਂ ਸੀਗਾ ਵੀ ਆਪਦੀ ਗੇਮ ਨੂੰ ਗੇਮ ਰੱਖ ਕੇ ਖੇਡੇ ਹਾਂ। ਹਾਂਜੀ। ਕੋਈ ਲਾਲਚ ਰੱਖ ਕੇ ਨਹੀਂ ਖੇਡੇ ਵੀ ਉੱਥੋਂ ਜਿੱਤਣਾ ਤਾਂ ਫੇ ਜਾਣਾ ਕਿੱਦਾਂ ਪੈਸਾ, ਪਰ ਰੱਬ ਨੇ ਆਈ ਚਲਾਈ ਜਿਹੜੀ ਚੱਲਦੀ ਰੱਖੀ ਅਤੇ ਵਧੀਆ ਟਾਈਮ ਲੰਘਿਆ। ਪਰ ਲੰਮਾ ਪੈਣਾ ਬਹੁਤ ਕਰਨਾ ਪਿਆ ਕਬੱਡੀ ਦਾ, ਸਟਰਗਲ ਬਹੁਤ ਕੀਤੀ, ਪਰ ਉਹਦੇ ਵਿੱਚ ਨਾਲ ਨਾਲ ਜੇ ਆਪਦੀ ਮੈਂ ਗੇਮ ਇਕੱਲੀ ਬਣਾਉਣੀ ਹੁੰਦੀ ਤਾਂ ਸ਼ਾਇਦ ਮੈਂ ਤਕੜਾ 1 ਨੰਬਰ ਦਾ ਪਲੇਅਰ ਹੁੰਦਾ ਨਹੀਂ ਅਤੇ ਹੁੰਦਾ ਅਤੇ ਉਹਦੇ ਵਿੱਚ ਮੈਂ ਨਾਲ ਜਿੱਦਾਂ ਕੋਸ਼ਿਸ਼ ਨਾਲ ਪਲੇਅਰ ਪਹਿਲੋਂ ਸਾਡੀ ਟੀਮ ਤਕੜੀ ਸੀਗੀ ਅਤੇ ਜਿੱਤਾਂ ਵੀ ਬਹੁਤ ਕੀਤੀਆਂ, ਪਰ ਬਾਅਦ ਦੇ ਵਿੱਚ ਨਾਲ ਨਾਲ ਜਿੱਦਾਂ ਮੁੰਡੇ ਉਸ ਚੀਜ਼ ਨਾਲ ਜੁੜਦੇ ਗਏ। ਹਾਂਜੀ। ਅਤੇ ਨਾਲ ਫਿਰ ਕੋਚਿੰਗ ਦੇ ਨਾਲ ਨਾਲ ਉਹਨਾਂ ਨੂੰ ਮੈਂ ਸਿਖਲਾਈ ਵੀ ਨਾਲ ਦੇ ਨਾਲ ਨਾਲ ਪਲੇਅਰ ਵੀ ਬਣਾਉਂਦਾ ਰਿਹਾ। ਜਦੋਂ ਆਪਣੇ ਪਾਲਾ ਭਾਅ ਜੀ ਆਏ ਤੁਹਾਡੇ ਕੋਲ ਵੀ ਤੁਹਾਨੂੰ ਆਪਣੇ ਕਿੱਦਾਂ ਪਤਾ ਲੱਗਾ ਵੀ ਇਹ ਹੈ ਨਾ ਇੱਕ ਨਾ ਵਧੀਆ ਪਲੇਅਰ ਬਣ ਸਕਦਾ? ਜਿਸ ਤਰ੍ਹਾਂ ਨਾ ਮੇਰੀ ਗਰਾਊਂਡ ਦੀ ਹਾਇਰੀ ਡੇਲੀ ਹੁੰਦੀ ਸੀ। ਹਾਂਜੀ। ਮੀਂਹ ਜਾਏ ਹਨੇਰੀ ਜਾਵੇ ਮੈਂ ਗਰਾਊਂਡ 'ਚ ਦੁਕਾਨ ਨੂੰ ਜਾਣਾ ਹੀ ਜਾਣਾ, ਕਿਤੇ ਵਿਆਹ ਦੇਖਣ ਚਲੇ ਗਏ ਉੱਥੇ ਵੀ 3 ਵਜੇ ਤੋਂ ਬਾਅਦ ਕੋਈ ਖੁਰਾਕ ਖਾਣੀ ਜਾਏ ਕੋਈ ਖਾਣਾ ਬੰਦ ਕਰ ਦਈਦਾ ਸੀ, 4 ਵਜੇ ਗਰਾਊਂਡ ਦੇ ਵਿੱਚ ਚੱਲੀਦਾ ਸੀ, 2-2 3-3 ਘੰਟੇ ਮਿਹਨਤ ਕਰਨੀ। ਉਦੋਂ ਅਚਾਨਕ ਸੀ ਗਰਾਊਂਡ ਦੇ ਵਿੱਚ ਮਿਹਨਤ ਕਰਕੇ ਮੈਂ ਬੈਠਾ ਸੀਗਾ ਅਤੇ ਸਾਈਕਲ 'ਤੇ ਜਿੱਦਾਂ ਇਹ ਆਇਆ ਅਤੇ ਕੰਧ ਛੋਟੀ ਛੋਟੀ ਉੱਤੋਂ ਝਾਤੀਆਂ ਮਾਰਦੇ ਜਿੱਦਾਂ ਬੱਚੇ ਮਾਰਦੇ ਹੁੰਦੇ ਵੀ ਮੈਨੂੰ ਕੋਈ ਕਵੇ ਨਾ ਝਿੜਕੇ ਨਾ ਕੋਈ, ਹਾਂਜੀ, ਕੰਧ ਉੱਤੋਂ ਦੇਖ ਰਿਹਾ ਸੀ ਅਤੇ ਮੈਨੂੰ ਨਿਗਾਹ ਪੈ ਗਈ ਅਤੇ ਮੈਂ ਕਿਹਾ ਉਹ ਜਾਣ ਕੌਣ ਝਾਕਦਾ ਜੇ ਫੜ ਕੇ ਲਿਆਓ ਉਹਨੂੰ ਆਵਾਜ਼ ਮਾਰ ਕੇ ਲਿਆਓ, ਇਹ ਸੰਗਦਾ ਅਤੇ ਮੇਰੇ ਕੋਲ ਆਇਆ। ਮੈਂ ਇਹਨੂੰ ਕਹਿੰਦਾ ਵੀ ਭਾਜੀ, ਮੈਂ ਕਿਹਾ ਤੂੰ ਕੌਣ ਆ? ਕਹਿੰਦਾ ਜੀ ਮੈਂ ਜਲਾਲਪੁਰੋਂ ਹਾਂ। ਮੈਂ ਕੀ ਕਰਨਾ ਆ? ਮੈਂ ਕਹਿੰਦਾ ਕਬੱਡੀ ਸਿੱਖਣੀ ਹੈ ਖੇਡਣੀ। ਅੱਛਾ। ਅਤੇ ਮੈਂ ਕਿਹਾ ਹੱਥ ਦਿਖਾ ਦੇ, ਜਿਹਦੇ ਹੱਥ ਮੈਂ ਦੇਖੇ ਤੇ ਹੱਥ ਬਹੁਤ ਲੰਮੇ ਲੰਮੇ ਸੀ, ਚਾਹੇ ਮੇਰੀ ਮਿਹਨਤ ਸਦਕਾ ਗਾਂ ਉਹਨੇ ਮਿਹਨਤ ਕੀਤੀ ਜਿਹੜੀ ਉਸ ਵੇਲੇ ਦੀ ਮੇਰੀ ਗਰਾਊਂਡ ਦੀ ਸੀਗੀ, ਉਹਨੇ ਇੱਕ ਦੁਆ ਲੱਗੀ ਵੀ ਮੇਰੇ ਮੂੰਹ ਨਿਕਲ ਗਿਆ ਤੂੰ ਬਹੁਤ ਤਕੜਾ ਪਲੇਅਰ ਬਣ ਸਕਦਾ, ਕਿਉਂ ਜਿਹੜਾ ਸਪੋਰਟਸਮੈਨ ਹੁੰਦਾ ਜੇ ਸੱਚੇ ਦਿਲੋਂ ਮਿਹਨਤ ਕਰਦਾ, ਹਾਂਜੀ, ਇੱਕ ਮਨ ਦਾ ਸਾਫ਼ ਹੁੰਦਾ
ਉਹਨੂੰ ਕੋਈ ਕਿਸੇ ਵੈਰ ਵਿਰੋਧ ਨਾਲ ਨਹੀਂ ਹੁੰਦੀ, ਕੋਈ ਲਾਲਚ ਨਹੀਂ ਹੁੰਦਾ। ਮੈਂ ਉਸ ਟਾਈਮ ਦੇ ਵਿੱਚ ਕੋਈ ਗੁਰੂ ਪੀਰਾਂ ਨਾਲ ਜੁੜਨ ਵਾਲੀ ਗੱਲ ਸੀਗੀ। ਮੈਂ ਉਸ ਟਾਈਮ ਬਾਬੇ ਸਾਡੇ ਫੱਕਰਾਂ ਦੀ ਬਹੁਤ ਸ਼ਕਤੀ ਹੈ ਜਗ੍ਹਾ, ਉੱਥੇ ਬੈਠਾ ਗਰਾਊਂਡ ਦੇ ਵਿੱਚ ਜਿਹੜਾ ਬਾਹਰ ਨਿਕਲਿਆ ਨੂੰ, ਅਤੇ ਪਹਿਲੀ ਵਾਰੀ ਇਹਨੂੰ ਜਿਹੜਾ ਗਰਾਊਂਡ 'ਚ ਵੀ ਤੋਰਿਆ ਬਾਹਰ ਖੇਡਣ ਵਾਸਤੇ। ਨਵਾਂ ਪਿੰਡ ਖਾਲੇਵਾਲ ਮੈਂ ਟ੍ਰੇਨਿੰਗ ਦੇ ਰਿਹਾ ਸੀ ਖਿਡਾਉਣ ਦਾ, ਉੱਥੋਂ ਅਰਦਾਸ ਕਰਕੇ ਤੋਰਿਆ ਅਤੇ ਬੈਸਟ ਰੇਡਰ ਨਿਕਲ ਕੇ ਤੁਰਿਆ ਆਇਆ ਸੀਗਾ। ਇੱਦਾਂ ਗਾਂ ਦੀ ਗਾਂ ਤਰੱਕੀ। ਬਾਕੀ ਦੂਸਰਾ ਨੰਬਰ ਕਿਸੇ ਬੰਦੇ ਦੀ ਕਿਸਮਤ ਹੁੰਦੀ ਆ, ਅਤੇ ਜੇ ਕੋਈ ਬੰਦਾ ਆਪਦੀ ਮਿਹਨਤ ਕਰਕੇ ਤਕੜਾ ਹੁੰਦਾ। ਹੁਣ ਜਿੱਦਾਂ ਗਾਂ ਮੇਰਾ ਲੜਕਾ ਅਮਰੀਕ ਸਿੰਘ, ਉਹਨੇ ਵੀ ਜਿੱਦਾਂ ਛੋਟੇ ਹੁੰਦੇ ਬੱਚੇ ਹੁੰਦਿਆਂ ਵੀ ਮੇਰੇ ਗਰਾਊਂਡ ਦੇ ਵਿੱਚ ਜਾਂਦਾ ਸੀ, ਮੈਨੂੰ ਖੇਡਦਾ ਦੇਖਦਾ ਸੀਗਾ। ਅਤੇ ਮੈਂ ਨਹੀਂ ਉਹਦਾ ਚਾਹੁੰਦਾ ਸੀ ਵੀ ਕਬੱਡੀ ਵਿੱਚ ਪਾਵਾਂ, ਇਹ ਆਪਣੇ ਆਪ ਹੀ ਜਿਹੜਾ ਕਬੱਡੀ ਵਿੱਚ ਪੈ ਗਿਆ। ਦੇਖ ਕੇ ਜਿਹੜੀ ਮਿਹਨਤੀ ਵੀ ਦਿਨ ਰਾਤ ਕਰਕੇ ਬਹੁਤ ਕੀਤੀ, ਪਰ ਬੰਦੇ ਦਾ ਲੱਕ ਹੁੰਦਾ, ਬਾਹਰ ਗਿਆ ਅਤੇ ਇੱਥੇ ਆ ਕੇ ਗੋਡੇ ਸੱਟ ਵੱਜ ਗਈ, ਪ੍ਰੇਸ਼ਨ ਕਰਾ ਐਨਕੀ ਜਿਹੜਾ ਖੇਡਣ ਨਹੀਂ ਜਾ ਸਕਿਆ। ਚੱਲ ਦਿਨ ਰਾਤ ਇਹਨੇ ਮਿਹਨਤ ਤਾਂ ਬਹੁਤ ਕੀਤੀ, ਪਰ ਮਾਲਕ ਕੋਈ ਟਾਈਮ ਹੁੰਦਾ, ਕੋਈ ਵਕਤ ਹੁੰਦਾ ਕੋਈ ਮਾੜਾ ਵੀ ਜਿਹੜਾ ਸੀਗਾ, ਨਹੀਂ ਤਾਂ ਚੱਲ ਐਨਕੀ ਬਾਹਰ ਖੇਡਣ ਜਾਂਦਾ। ਮਾਂ ਪਿਓ ਦੇ ਸੁਪਨੇ ਹੁੰਦੇ ਆ, ਠੀਕ ਆ ਬੱਚਾ ਹੋਇਆ। ਪਰ ਮੇਰੇ ਨਾਲ ਨਾਲ ਮੈਂ ਉਦੋਂ ਬਾਅਦ ਦੇ ਵਿੱਚ ਖੁਦ ਤੁਹਾਨੂੰ ਦੱਸਦਿਆਂ, ਬਾਬਾ ਸ਼ਕਤਿਆਂ ਦਾਸ ਕਲੱਬ ਜਿਹੜਾ ਸ਼ਾਹਕੋਟ ਟੈਂ ਆ ਟੀਮ ਬਣੀ ਆ, ਉਹਦੇ ਵਿੱਚ ਜਿਹੜਾ ਮੇਨ ਕੋਚ ਮੈਨੂੰ ਪਹਿਲੋਂ ਰੱਖਿਆ ਗਿਆ ਸੀਗਾ, ਅਤੇ ਅਖਬਾਰ ਦੇ ਵਿੱਚ ਵੀ ਮੇਰਾ ਨਾਂ ਜਿਹੜਾ ਕੋਚ ਦਾ ਮੋਹਰੇ ਦਿੱਤਾ ਗਿਆ ਸੀਗਾ। ਪਰ ਮੇਰੀ ਆਦਤ ਆ, ਮੈਂ ਜਥੇਬੰਦੀ 'ਚ ਵੀ ਹਾਂ, ਮੈਂ ਅੱਗੇ ਜ਼ਿਆਦਾ ਨਹੀਂ ਹੁੰਦਾ ਹੁੰਦਾ, ਮੈਂ ਆਪਦਾ ਕੰਮ ਕਰਨਾ ਵਾ, ਮਿਹਨਤ ਕਰਨੀ ਆ, ਅਤੇ ਮੈਂ ਪਿੱਛੇ ਯਾਨੀ ਕਿ ਅੱਗੇ ਨਜ਼ਰੀ ਹੋਈਦਾ। ਅੱਜ ਕੱਲ੍ਹ ਦੁਨੀਆ ਜਿਹੜੀ ਆ ਆਪਣਾ ਦਾ ਰੱਖਦੀ ਆ, ਕੰਮ ਘੱਟ ਕਰਦੀ ਆ ਅਤੇ ਸ਼ੋਸ਼ਾ ਜ਼ਿਆਦਾ ਕਰਦੀ ਆ। ਉਹਦੇ ਵਿੱਚ ਮੈਂ ਪਾਲੇ ਨੂੰ, ਮੇਰੇ ਸਿੰਧੜਾ ਦਾ ਗਲਾ ਜਿਹੜਾ, ਹਾਂਜੀ, ਲਾਪਰੀ ਦੇ ਨਾਂ ਨਾ ਨਾਂ ਉਹਦਾ ਆਸਟ੍ਰੇਲੀਆ ਬੈਠਾ, ਉਹ ਮੈਨੂੰ ਕਹਿੰਦਾ ਭਾਅ ਜੀ ਵੀ ਜਿਹੜੀ ਸਾਡੀ ਸ਼ਾਹਕੋਟ ਦੀ ਟੀਮ ਆ ਬਣਨੀ ਆ, ਜੇ ਤੂੰ ਚਾਹਵੇਂ ਤਾਂ ਬਣ ਸਕਦੀ ਆ। ਮੈਂ ਜੋ ਘੱਲ ਕਲਾਂ ਦੀ ਟੀਮ ਸੀਗੀ, ਪਾਲੇ ਦੀ ਜਿਹੜੀ ਹਾਂ ਕਰ ਚੁੱਕਾ ਸੀ ਘੱਲ ਕਲਾਂ ਵਿੱਚ ਖੇਡੂਗਾ, ਅਤੇ ਟੋਨਾ ਹਕਮ ਬਾਰੇ ਵਾਲ ਗਿਆ ਜਿਹੜਾ, ਉਹਦੇ ਨਾਲ ਗੱਲ ਹੋ ਗਈ ਵੀ ਤੁਹਾਡੇ ਵੱਲ ਖੇਡੂਗਾ। ਉਹਨਾਂ ਨੇ ਉਸ ਟਾਈਮ ਦੇ ਵਿੱਚ ਪਾਲੇ ਦੀ ਜੀਪ ਜਿਹੜੀ ਲੰਡੀ ਰੱਖ ਦਿੱਤੀ, ਨਾ ਸਨਮਾਨ ਤੋਂ ਵੱਜੋ ਮੇਰਾ ਬੋਲਡ ਮੋਟਰਸਾਈਕਲ ਰੱਖਤਾ, ਪਰ ਸਾਡੇ ਨਾਲ ਉਹਨਾਂ ਗੱਲ ਨਹੀਂ ਖੋਲ੍ਹੀ ਵੀ ਜਿਹੜਾ ਤੁਹਾਨੂੰ ਦੇਣਾ ਸਨਮਾਨ ਤਾਂ ਕਰਨਾ ਕਿੱਦਾਂ ਕਰਨਾ। ਅਤੇ ਉਹਦੇ ਵਿੱਚ ਫਿਰ ਮੈਨੂੰ ਜਦੋਂ ਗਲਾ ਲਿੰਕ ਪਹਿਲ ਕੀਤਾ ਕਿ ਉਹ ਬੱਚਿਆਂ ਨੂੰ ਮੇਰੇ ਹੱਥਾਂ 'ਚ ਪਲੇ ਸੀਗੇ, ਅਤੇ ਕਹਿੰਦਾ ਵੀ ਭਾਅ ਜੀ ਤੇਰੇ ਹੱਥ ਵੱਸ ਆ, ਜੇ ਸ਼ਾਹਕੋਟ ਦੀ ਟੀਮ ਬਣਨੀ ਆ ਜੇ ਤੂੰ ਗਾਰਾ ਭਰ ਦੇਗਾ ਅਤੇ ਬਣ ਜੂਗੀ, ਨਹੀਂ ਭਰੇਗਾ ਤਾਂ ਸਾਡੀ ਜਿੱਦਾਂ ਅੱਗੇ ਤੁਸੀਂ ਜਾਂ ਤੁਹਾਡੀ ਟੀਮ ਨਹੀਂ ਬਣ ਸਕੀ ਪ੍ਰੋਪਰ, ਇਸੇ ਤਰ੍ਹਾਂ ਅਸੀਂ ਵੀ ਰੁਲਦੇ ਰਹਾਂਗੇ। ਕਿਉਂ ਮੇਰੇ ਪਹਿਲੇ ਦਿਨੋਂ ਹੀ ਆ ਮੈਨੂੰ ਕੋਈ ਲਾਲਚ ਨੀਗਾ ਦੁਨੀਆ 'ਤੇ ਕਿਸੇ ਤੇਜ਼ੀ ਦਾ ਲਾਲਚ, ਅਤੇ ਮੈਂ ਕਿਹਾ ਚੱਲ ਛੱਡੋ ਯਾਰ, ਚੱਲ ਠੀਕ ਆ, ਮੈਂ ਕਿਹਾ ਪਾਲਾ ਮੈਂ ਉੱਥੇ ਹਾਂ ਕਰਤੀ ਵੀ ਖੇਲੂਗਾ। ਉਹ ਮੁੰਡੇ ਇਕੱਠੇ ਹੋਏ ਸਾਰੇ, ਸੰਦੀਪ ਏ ਜੋ ਸਾਰੇ ਇਕੱਠੇ ਹੋ ਕੇ ਪਾ ਮੁੰਡੇ ਇੱਥੇ ਆਲੋ ਵਾਲੀਏ ਦਿਸ਼ੇ ਹੋਣੀ ਸਾਰੇ ਜਿੱਦਾਂ ਮੁੰਡੇ ਸਾਰੇ ਸੀ ਇਹ ਇਲਾਕੇ ਦੇ ਇਕੱਠੇ ਹੋਏ, ਉਹਨੇ ਅਖਬਾਰ ਫੋਟੋ ਖਿੱਚੀ ਅਖਬਾਰ ਦੇ ਦਿੱਤੀ, ਉਹ ਜਿਹੜਾ ਮੌਕਾ ਹੀ ਦਿੱਤਾ। ਉਹ ਜਦੋਂ ਬਾਅਦ ਦੇ ਵਿੱਚ ਮਾਲੇ ਵਾਲਿਆਂ ਨੂੰ ਪਤਾ ਲੱਗਾ ਵੀ ਯਾਰ ਪਾਲਾ ਤਾਂ ਹੁਣ ਸ਼ਾਹਕੋਟ ਦੀ ਟੀਮ ਬਣ ਗਈ ਉੱਥੇ ਖੇਡਣਾ, ਮੈਨੂੰ ਕਹਿੰਦੇ ਵੀ ਜਾ ਉਹ ਭਾਅ ਜੀ ਤੁਸੀਂ ਸਾਨੂੰ ਕਿਹਾ ਸੀਗਾ ਵੀ ਸਾਡੀ ਟੀਮ 'ਚ ਖੇਲੂਗਾ, ਮੈਂ ਕਿਹਾ ਵੀ ਮੇਰੇ ਹੁਣ ਇਲਾਕੇ ਦੀ ਟੀਮ ਜਿਹੜੀ ਬਣਨ ਲੱਗੀ ਆ, ਪਲੇਅਰ ਮੇਰੇ ਇਲਾਕੇ ਦੇ ਸਾਰੇ ਇਕੱਠੇ ਹੋਣ ਲੱਗੇ ਆ, ਅਤੇ ਮੈਂ ਵੀ ਨਹੀਂ ਚਾਹੁੰਦਾ ਅੱਡ ਅੱਡੀ ਫਿਰਨ, ਇਕੱਠੇ ਰਹਿਣਾ ਅਤੇ ਇਕੱਠੇ ਖੇਡਣਾ। ਅਤੇ ਉਹ ਮੈਂ ਨਾ ਨਾਰਾਜ਼ ਹੋ ਗਿਆ, ਯਾਰ ਤੂੰ ਚੰਗੀ ਨਹੀਂ ਕੀਤੀ ਛੱਡਣਾ, ਜਿਹੜਾ ਪਾਲਾ ਸਾਡੇ ਨਹੀਂ ਖਿਲਾਇਆ। ਪਰ ਮੈਂ ਕਿਹਾ ਨਹੀਂ ਜੀ, ਕਿਉਂ ਇੱਕ ਇਲਾਕੇ ਦਾ ਮੈਂ ਆਪਦਾ ਪਹਿਲੋਂ ਆਪਦੇ ਬਾਰੇ ਸੋਚਿਆ ਨਹੀਂ, ਪਰ ਮੈਂ ਆਪਦੇ ਇਲਾਕੇ ਦੇ ਪਲੇਅਰਾਂ ਬਾਰੇ ਸੋਚਿਆ ਜੀ ਵੀ ਜਿਹੜੇ ਮੇਰੇ ਇਲਾਕੇ ਦੇ ਪਲੇਅਰ ਇੱਕ ਥਾਂ ਇਕੱਠੇ ਉਹ ਖੇਡਣ ਅਤੇ ਟੀਮ ਬਣੇ। ਯਾਰ ਬਾਬੇ ਦੀ ਕਿਰਪਾ, ਬਾਬਾ ਸਚੈਨ ਦਾਸ ਦੀ ਹੋਈ, ਉਹਦੇ ਨਾਂ 'ਤੇ ਟੀਮ ਬਣੀ ਅਤੇ ਦੁਨੀਆ ਆਲ ਵਰਲਡ ਵਿੱਚ ਨਾਂ ਹੋਇਆ। ਨੰਗਲਾ ਸੰਦੀਪ ਜਿਹੜਾ ਉੱਥੋਂ ਨਿਕਲ ਕੇ ਜਿਹੜਾ ਨਾਂ ਇੰਟਰਨੈਸ਼ਨਲ ਪਲੇਅਰ ਬਣ ਕੇ, ਜਿਹੜਾ ਇੰਟਰਨੈਸ਼ਨਲ ਪ੍ਰਮੋਟਰ ਬਣ ਕੇ ਜਿਹੜਾ ਦੁਨੀਆ 'ਤੇ ਉੱਭਰਿਆ। ਚਲੋ ਜੋ ਘਟਨਾਵਾਂ ਹੋਈ ਬਹੁਤ ਮਾੜੀ ਹੋਈ, ਬਹੁਤ ਕਬੱਡੀ ਨੂੰ ਘਾਟਾ ਪਿਆ, ਨੌਜਵਾਨ ਦੀ ਸੋਚ ਬਹੁਤ ਵਧੀਆ ਸੀਗੀ, ਪਲੇਅਰਾਂ ਨੂੰ ਅੱਗੇ ਲਿਆਉਣਾ ਬੰਦਾ ਸੀਗਾ, ਚੰਗਾ ਸੀ ਬਹੁਤ ਜ਼ਿਆਦਾ। ਅਤੇ ਪਰ ਜਿਹੜਾ ਉਹ ਕਿਸ ਬੰਦੇ ਨੇ ਕੀਤਾ ਬਹੁਤ ਮਾੜਾ ਕੀਤਾ, ਜਿੰਨੀ ਨਿੰਦਿਆ ਕਰ ਗਈ ਉਹਦੀ ਥੋੜ੍ਹੀ ਆ। ਜਿੱਦਾਂ ਅੰਕਲ ਕਈ ਪਲੇਅਰ ਹੁੰਦੇ ਆ ਕਹਿਣੇਕਾਰ ਨਹੀਂ ਹੁੰਦੇ, ਜਲਦੀ ਨਾ ਗੱਲ ਨਹੀਂ ਆਪਣੇ ਕੋਚ ਦੀ ਮੰਨਦੇ, ਅਤੇ ਇਸ ਗੱਲੋਂ ਭਾਅ ਜੀ ਦੇ ਵਿੱਚ ਮਤਲਬ ਕੀ ਹੈਗੀ ਸੀ ਖੂਬੀ? ਜਿਹੜੀ ਮੈਂ ਤੁਹਾਨੂੰ ਪਹਿਲੋਂ ਗੱਲ ਦੱਸੀ ਆ ਵੀ ਪਲੇਅਰ ਅਤੇ ਕੋਚ ਇਹ ਹਰੇਕ ਦੇ ਕੋਲ ਦੋ ਚੀਜ਼ਾਂ ਹੈ ਨਹੀਂ। ਹਾਂਜੀ, ਕੋਈ ਜਿਹੜਾ ਕੋਚ ਬਣ ਕੇ ਮਿਹਨਤ ਕਰਾਉਣ ਡਿਆ ਉਹ ਹੋਰ ਚੀਜ਼ ਹੁੰਦੀ ਆ, ਜਿਹੜਾ ਇੱਕ ਪਲੇਅਰ ਠੀਕ ਆ ਉਹ ਜਿਹੜਾ ਪਲੇਅਰ ਨੇ ਨਾਲ ਖੇਡਣਾ ਅਤੇ ਕੋਚ ਉਹ ਚੀਜ਼ਾਂ ਹੋਰ ਮਿਹਨਤ ਰੱਖਦੀਆਂ। ਕਿਉਂ ਜਿਹੜਾ ਕਹਿੰਦੇ ਵੀ ਇੱਕ ਉਂਗਲੀ ਫੜ ਕੇ ਵੀ ਤੋਰਨਾ ਸਿਖਾਉਣਾ
ਉਹ ਗੱਲ ਹੋਰ ਹੁੰਦੀ ਆ। ਜਿਹੜਾ ਕਿ ਤੁਰੇ ਜਾਂਦਾ ਰਸਤਾ ਸਿੱਧਾ ਦੱਸ ਦੇਣਾ ਉਂਗਲੀ ਕਰ ਦੇਣੀ ਜਾਂ ਉਹਦੇ 'ਤੇ ਚੱਲ ਜਾ, ਉਹ ਗੱਲਾਂ ਵੱਖਰੀਆਂ ਹੁੰਦੀਆਂ। ਜਿਹੜਾ ਪਾਲੇ ਨਾਲ ਸੀਗਾ ਉਹ ਪਾਲੇ ਨਾਲ ਮੇਰੇ ਨਾਲ ਤੇ ਹੋਰ ਸਾਥ ਦੇ ਸੀ, ਪਲੇਅਰ ਵਾਲੇ ਨਹੀਂ ਸੀਗੇ, ਬੱਚਿਆਂ ਵਾਲੇ ਵੀ ਸੀਗੇ। ਉਹਦੇ ਦਿਲ ਦੇ ਵਿੱਚ ਬਹੁਤ ਜ਼ਿਆਦਾ ਸਤਿਕਾਰ ਸੀਗਾ, ਕਿਉਂ ਉਹ ਚੀਜ਼ ਦੀ ਮੁੱਢਲੀ ਚੀਜ਼ ਜਿਹੜੀ ਦੇਖੀ ਸੀਗੀ ਵੀ ਜੇ ਤਾਂ ਮੈਂ ਤਕੜਾ ਪਲੇਅਰ ਸੀ, ਮੈਂ ਉਹਨੂੰ ਦਬਕਾ ਮਾਰਦਾ ਜੇ ਮੈਂ ਝਿੜਕਦਾ, ਫਿਰ ਉਹਨੂੰ ਹੋਣਾ ਸੀ ਵੀ ਮੈਨੂੰ ਇਹਨੇ ਝਿੜਕਿਆ ਸੀ ਇਸ ਟਾਈਮ, ਮੈਂ ਉਹਨੂੰ ਚੇਤਾ ਆਉਣਾ ਸੀਗਾ ਵੀ ਮੈਨੂੰ ਇਹ ਗੱਲੋਂ ਝਿੜਕਿਆ। ਪਰ ਜਿੱਥੇ ਗਲਤੀ ਸੀ ਮੈਂ ਡੰਡੇ ਨੇ ਕੁੱਟ ਲੈਂਦਾ ਸੀ। ਅੱਛਾ ਜੀ। ਹਾਂ, ਮੈਂ ਇੱਥੇ ਆਪਦੇ ਘਰੇ ਡੰਡੇ ਨੇ ਵੀ ਕੁੱਟ ਲੈਂਦਾ ਸੀ, ਨਿੱਕੂ ਸੀਗਾ, ਰਾਤ ਨੂੰ ਮਿਲਣ ਕੋਈ ਗੱਲ ਹੋਈ ਮੈਂ ਡੰਡੇ ਨੇ ਦੋਨੋਂ ਕੁੱਟਿਆ। ਪਰ ਉਹ ਚੀਜ਼ਾਂ ਹੋਰ ਚੀਜ਼ ਮੈਂ ਨਾ ਰੱਖਦੀਆਂ, ਉਹ ਕੋਚ ਵਾਲੀਆਂ ਨੀਗੀਆਂ, ਕੋਚ ਉਹ ਕੰਮ ਨਹੀਂ ਕਰ ਸਕਦਾ। ਜੋ ਕਾਰ ਸੀਗਾ ਉਹ ਸਾਡਾ ਮੇਰਾ ਬੱਚਿਆਂ ਵਾਲਾ, ਛੋਟੇ ਭਰਾਵਾਂ ਵਾਲਾ ਜਿਹੜਾ ਪਿਆਰ ਸੀ ਉਹਦੇ ਨਾਲ, ਜਿੱਦਾਂ ਪਿਆਰ ਬੱਚਿਆਂ ਨੂੰ ਪੈ ਜਾਂਦਾ। ਕਿਉਂ ਗਰਾਊਂਡ ਦੇ ਵਿੱਚ ਆਇਆ ਮਿਹਨਤ ਕਰਦਾ ਸੀ, ਜਦੋਂ ਤੁਹਾਡੇ ਕੋਲ ਆ ਕੇ ਕੋਈ ਬੰਦਾ ਮੰਗ ਕਰਦਾ ਉਹ ਤੁਹਾਨੂੰ ਚੰਗੀ ਲੱਗਦੀ ਆ, ਤੇ ਉਹ ਚੀਜ਼ ਫਿਰ ਤੁਹਾਨੂੰ ਪਿਆਰੀ ਵੀ ਲੱਗਦੀ ਆ ਵੀ ਮੈਂ ਤੋਂ ਇਹਨੇ ਕੁਛ ਮੰਗਿਆ ਵਾ, ਤੇ ਠੀਕ ਨੀ, ਤੇ ਵੀ ਮੇਰੇ ਨਾਲ ਜਿਹੜਾ ਬੱਚਾ ਤੇਰਾ ਨਾਲ ਰਹਿੰਦਾ ਵਾ। ਉਹ ਚੀਜ਼ਾਂ ਹੋਰ ਹੁੰਦੀਆਂ। ਜਿਹੜਾ ਕੋਚ ਹੁੰਦਾ ਉਹ ਕੋਚ ਨੇ ਇੱਕ ਉਂਗਲ ਇਸ਼ਾਰਾ ਕਰਨਾ, ਡੰਡਾ ਮਾਰਦਾ, ਗਾਲ ਕੱਢਤੀ, ਉਹ ਚੀਜ਼ ਹੋਰ ਹੁੰਦੀ ਆ। ਜਿਹੜੇ ਤੁਸੀਂ ਸਾਡੇ ਨਾਲ ਪਲੇਅਰ ਮਿਹਨਤ ਕਰਦਾ ਤੁਹਾਡੇ ਮਗਰ ਆਉਣ ਡਿਆ, ਤੁਹਾਡੇ ਪੈਰਾਂ ਤੇ ਪੈਰ ਰੱਖ ਕੇ ਚੱਲਣ ਡਿਆ, ਉਹ ਚੀਜ਼ਾਂ ਹੋਰ ਹੁੰਦੀਆਂ, ਉਹ ਮੈਟਰ ਨਹੀਂ, ਉਹ ਚੀਜ਼ ਨਾ ਰੱਖਦੀਆਂ, ਠੀਕ ਨੀ। ਉਹ ਸਾਡਾ ਜਿਹੜਾ ਰਿਸ਼ਤਾ ਇੰਨਾ ਪਿਆਰਾ ਗੂੜਾ ਹੋ ਗਿਆ ਸੀ, ਚਲੋ ਮੇਰੇ ਵੀਰ ਜਿਵੇਂ ਮੈਂ ਕੁਈਲਦਾਰ ਹਾਂ, ਉਹ ਹੁਣ ਤਗੜਾ ਪਲੇਅਰ ਬਣ ਗਿਆ, ਉਹਦੇ ਵੀਰ ਜਿਵੇਂ ਸੀਗੇ, ਉਹਨੇ ਵੀ ਉਸ ਚੀਜ਼ 'ਤੇ ਜਾਣਾ। ਜਦੋਂ ਵਿਆਹ ਪਾਲੇ ਦਾ ਸੀਗਾ ਤੇ ਪਾਲੇ ਨੇ ਜਾ ਕੇ ਖੁਦ ਮੈਨੂੰ ਕੋਟ ਪੈਂਟ ਜਿਹੜਾ ਪਹਿਲੋਂ, ਅੱਛਾ ਜੀ, ਹਾਂ ਕੋਈ ਇੱਦਾਂ ਕੋਈ ਮੇਰਾ ਕਹਿਲ ਕੋਚਾਂ ਨਾਲ ਨਹੀਂ ਕੋਈ ਕਰਦਾ, ਪਰ ਮੈਂ ਕੋਚ ਨਹੀਂ ਹੁੰਦਾ, ਮੇਰਾ ਰਾਤਾ ਨਾਤਾ ਪਹਿਲੋਂ ਜੀਰੋ ਲੈਵਲ ਤੋਂ ਜੁੜ ਗਿਆ ਉਹਦੇ ਨਾਲ। ਉਹ ਜਿਹੜਾ ਮੇਰਾ ਕੋਈ ਕੋਚਾਂ ਨਾਲ ਨਹੀਂ ਨਾਤਾ ਵੀ ਮੈਂ ਕੋਚ ਉਹਦਾ, ਨਹੀਂ ਮੈਂ ਵੀ ਨਹੀਂ ਕੋਚ ਇਸ ਚੀਜ਼ ਨੂੰ ਮੰਨਦਾ, ਮੈਂ ਕੋਚ ਨਹੀਂ। ਪਰ ਮੈਂ ਜਿੱਦਾਂ ਉਹਨੇ ਚੀਜ਼ ਨੂੰ ਮੇਰੇ ਤੋਂ ਮੰਗ ਕੀਤੀ ਵੀ ਮੈਂ ਕਬੱਡੀ ਖੇਡੇ ਚਾਹੁੰਦਾ ਵਾਂ, ਅਤੇ ਵਰਦਾਨ ਨਿਕਲਿਆ ਮੂੰਹ ਉਸ ਚੀਜ਼ ਦਾ, ਮੈਂ ਵੀ ਉਸ ਚੀਜ਼ ਨੂੰ ਅੱਜ ਤੱਕ ਦਿਲ ਦੇ ਵਿੱਚ ਜਿੱਥੇ ਮਰਜ਼ੀ ਖੁਸ਼ ਰਹੇ, ਯਾਦ ਰਹੇ, ਵਾਦ ਰਹੇ, ਅਤੇ ਚੜ੍ਹਦੀ ਕਲਾ ਤਰੱਕੀਆਂ 'ਚ ਰਹੇ। ਪਰ ਮੈਂ ਉਹ ਚੀਜ਼ ਦਾ ਜਿਹੜਾ ਨਾ ਕੋਚ ਆ, ਇੱਕ ਸੰਗਲ ਪਾ ਕੇ ਗਿੱਟੇ ਨੂੰ ਬਹਿੰਦੇ ਮੈਂ ਤੇਰਾ ਕੋਚ ਆ ਵੀ ਆਹ ਕਰ ਆਹ ਕਰ, ਪਰ ਮੈਂ ਨਹੀਂ, ਮੈਂ ਉਹਨੂੰ ਖੁੱਲ੍ਹਾ ਛੱਡਿਆ ਵੀ ਆਪਦਾ ਜਿੱਥੇ ਮਰਜ਼ੀ ਜਾਓ। ਮੈਂ ਕਿਸੇ ਪਲੇਅਰ ਨੂੰ ਨਹੀਂ ਅੱਜ ਤੱਕ, ਪਲੇਅਰ ਬਣ ਗਿਆ ਉਹਦੀ ਕਿਸਮਤ ਆ, ਉਹ ਚਲੇ ਗਿਆ, ਬੜੇ ਪਲੇਅਰ ਬਣਾਏ ਇੱਥੇ ਮੇਰੇ ਗਰਾਊਂਡ ਪੂਨੀਆ ਦੇ ਵਿੱਚ ਆ ਕੇ, ਬੜੇ ਪਲੇਅਰ ਖੇਡੇ, ਕੰਪੀਟੀਸ਼ਨ ਵੀ ਲੜੇ ਇਹਨਾਂ ਨਾਲ। ਇਹਨਾਂ ਦੇ ਜਿਹੜੇ ਮਨ 'ਚ ਭੁਲੇਖੇ ਸੀਗੇ ਵੀ ਜਿੱਦਾਂ ਹੁਣ ਅਸੀਂ ਤਕੜੇ ਹੋ ਗਏ ਹਾਂ, ਗਰਾਊਂਡਾਂ 'ਚ ਮੈਚ ਲਾ ਕੇ ਵੀ ਹਰਾਇਆ ਵੀ ਆ ਜਾਓ, ਠੀਕ ਨੀ। ਜਿਹੜਾ ਜਿਹੜਾ ਸਾਥ 'ਚ ਗੁਰੂ 'ਚ ਕੋਈ ਪਲੇਅਰ ਤਾੜਾ ਉਹਨੇ ਤਕੜੇ ਤਕੜੇ ਲੈਣਾ। ਪਿੰਡ ਦੇ ਵਿੱਚ ਵੀ ਸਾਡੇ ਪਿੰਡ ਦੇ ਦੋ ਮੁੰਡੇ ਉੱਠੇ, ਉਹਨਾਂ ਦਿਲ 'ਚ ਹਕਾਮ ਹੋ ਗਿਆ ਅਸੀਂ ਬਹੁਤ ਤਕੜੇ ਪਲੇਅਰ ਬਣ ਗਏ ਵੀ ਨਾਲ ਸਾਰੇ ਸੀਗੇ। ਫਿਰ ਮੈਂ ਕਿਹਾ ਉਹ ਮੈਚ ਲਾਈਏ, ਅਤੇ ਮੈਚ ਲਾ ਕੇ ਫਿਰ ਮੈਂ ਇਹਨਾਂ ਨੂੰ ਹਰਾਇਆ। ਫਿਰ ਪਤਾ ਲੱਗਿਆ ਨਹੀਂ ਕਹਿੰਦੇ ਤੁਸੀਂ ਠੀਕ ਵੀ ਤੂੰ ਸਾਥ ਉਸਤਾਦ ਹੀ ਆ ਸਾਡਾ, ਉਸਤਾਦ ਹੀ ਹੁੰਦਾ ਸੀ। ਫਿਰ ਲਵਪ੍ਰੀਤ ਹੁਣੀ ਜਿੱਦਾਂ ਪੂਨੀਆ ਸਕੂਲ ਦੇ ਵਿੱਚ ਪੜ੍ਹਦੇ, ਇਹਨਾਂ ਦੀ ਟੀਮ ਕੋਈ ਨਸ਼ੇ ਸਟਾਈਲ ਦੀ ਗਰਾਊਂਡ ਦੇ ਜੇ ਇਹਨੇ ਪੂਨੀਆ ਬਣਾ ਲਈ, ਮਨ ਦੇ ਵਿੱਚ ਹੋ ਗਿਆ ਵੀ ਅਸੀਂ ਬਹੁਤ ਤਕੜੇ ਹੋ ਗਏ ਹਾਂ। ਫਿਰ ਅਸੀਂ ਮੈਚ ਦੇ ਸਕੂਲ ਦੇ ਵਿੱਚ ਮੈਚ ਰੱਖਿਆ ਇਹਨਾਂ ਨਾਲ, ਫਿਰ ਇਹਨਾਂ ਨੂੰ ਹਰਾਇਆ। ਫਿਰ ਇਹਨਾਂ ਪਤਾ ਲੱਗਿਆ ਸਾਥ ਸੀਗਾ ਵੀ ਨਹੀਂ, ਪਰ ਇਹ ਤਕੜੇ ਤਾਂ ਤਕੜੇ ਹੀ ਰਹਿਣੇ ਆ, ਅਸੀਂ ਜੋ ਮਰਜ਼ੀ ਕਰ ਲਈਏ। ਇਸ ਕਰਕੇ ਜਿਹੜਾ ਅੱਜ ਕੱਲ੍ਹ ਦੇ ਕੋਚ ਆ ਚਾਹੇ ਪਲੇਅਰ ਆ, ਨਾ ਤਾਂ ਕੋਚ ਹੀ ਆ ਜਿਹੜਾ ਕੋਈ ਪਲੇਅਰ ਖੇਡ ਕੇ ਅੱਗੇ ਆ ਕੋਈ ਬਰੀਕੀ ਦੱਸ ਸਕੇ, ਬਰੀਕੀ ਤੁਹਾਨੂੰ ਦੱਸੇ ਇਹ ਤੋਂ ਵੱਡੀ ਕਿਹੜੀ ਹੋ ਸਕਦੀ, ਜਦੋਂ ਬੰਦੇ ਨੇ ਬੱਚੇ ਨੇ ਨਾਲ ਮਿਹਨਤ ਕਰਨੀ ਪ੍ਰੋਪਰ, ਅਤੇ ਸਾਰਾ ਕੁਝ ਤੋਂ ਵੱਡੀ ਹੋਰ ਕੋਚ ਕੀ ਦੱਸ ਦੂਗਾ। ਕੋਚ ਅੱਜ ਕੱਲ੍ਹ ਦੇ ਉਂਗਲਾਂ ਦੱਸ ਦਿੰਦੇ, ਡੰਡੇ ਨੇ ਦੱਸ ਦਿੰਦੇ, ਗਾਲ ਕੱਢ ਕੇ ਵੱਡੇ ਬਣ ਜਾਂਦੇ ਆ ਵੀ ਮੈਂ ਕੋਚ ਹਾਂ, ਮੈਂ ਗਾਲਾਂ ਕੱਢੀਆਂ ਅਤੇ ਮੈਂ ਕੋਚ ਹਾਂ। ਪਰ ਜਿਹੜੇ ਬੱਚੇ ਨੇ ਨਾਲ ਤੁਹਾਡੇ ਬਹਿਣਾ ਅਤੇ ਨਾਲ ਤੁਹਾਡੀ ਨਕਲ ਕਰਨੀ, ਤੁਹਾਡੇ ਪੈਰ ਦੇ ਮਗਰ ਆਉਣਾ, ਆਟੋਮੈਟਿਕ ਰਾਹ ਦਿਖਣਾ, ਅਤੇ ਜਿਹੜਾ ਪਲੇਅਰ ਜਿਹੜਾ ਆਪ ਏਟਮਟ ਖੜਾ ਬਣਨਾ, ਜਿਹਨੂੰ ਮੁੱਢਲੀ ਸਹਾਇਤਾ ਮਿਲੇਗੀ, ਜਿਹਨੂੰ ਅੱਜ ਕੱਲ੍ਹ ਪਲੇਅਰਾਂ ਨੂੰ ਕੀ ਆ, ਨਾ ਚਾਹੀਦੀ ਕਿਸੇ ਨੂੰ ਗਰਾਊਂਡ ਮਿਲਦੀ ਆ, ਨਾ ਕੋਈ ਪ੍ਰੋਪਰ ਉਹਨਾਂ ਪਲੇਅਰ ਮਿਲਦਾ। ਜੇ ਤੁਹਾਡੀ ਕਿਸਮਤ ਵੱਡੀ ਆ, ਤੁਹਾਨੂੰ ਕੋਈ ਤਕੜਾ ਪਲੇਅਰ ਮਿਲ ਜਾਂਦਾ, ਉਹਦੇ ਨਾਲ ਤੁਹਾਨੂੰ ਮਿਹਨਤ ਕਰਨ ਨੂੰ ਮੌਕਾ ਮਿਲ ਜਾਂਦਾ ਨਾ, ਉਹ ਤੁਹਾਡੀ ਕਿਸਮਤ ਬਹੁਤ ਵੱਡੀ ਆ, ਅਤੇ ਤਕੜੇ ਹੋਣ ਦੇ ਬਹੁਤ ਚਾਂਸ ਬਣ ਜਾਂਦੇ ਆ। ਅਤੇ ਜਿਹੜੇ ਕੀ ਨਾਮ ਆ, ਜਿਹੜੇ ਤਾਂ ਕੋਚ ਨੇ ਗੇ ਆ, ਨਾ ਤਾਂ ਕੋਚ ਜਿਹੜਾ ਅੰਦਰ ਪੜ੍ਹ ਸਕਦਾ ਵੀ ਬੱਚਾ ਮਿਹਨਤ ਕਰਨ ਯੋਗ ਕਿੰਨੀ ਕਰ ਸਕਦਾ ਕਿੰਨੀ ਨਹੀਂ ਕਰ ਸਕਦਾ। ਕੋਚ ਨੇ ਇੱਕ ਥੋਪਾ ਥੋਪ ਦਿੱਤਾ, ਵਿਆਹ ਕਰ ਲਾ, ਸਪਾਟੇ ਮਾਰ ਲਾ, ਸਪਰੰਟਾਂ ਲਾ ਲਾ, ਇੱਦਾਂ ਦੀਆਂ ਚੀਜ਼ਾਂ ਜਿਹੜੇ ਉਹ ਜਿਹੜੇ ਤੁਹਾਡੇ ਨਾਲ ਪ੍ਰੈਕਟੀਕਲ ਕਰਨ ਡਿਆ, ਤੁਸੀਂ ਮੋਹਰੇ ਮਿਹਨਤ ਕਰਦੇ ਆ ਅਤੇ ਤੁਹਾਡੇ ਮਗਰ ਲੱਗ ਕੇ ਉਹ ਮਿਹਨਤ ਕਰਨ ਡਿਆ, ਉਹ ਚੀਜ਼ਾਂ ਹੋਰ ਚੀਜ਼ ਹੁੰਦੀਆਂ ਜਿਹੜੇ ਕੋਚਾਂ ਵਾਲੀਆਂ ਗੱਲਾਂ ਹੋਰ ਹੁੰਦੀਆਂ। ਅੰਕਲ ਆਪਣੇ ਨਾ ਪਾਲੇ ਅਤੇ ਗੁਰਲਾਲ ਦੀ ਹੈ ਨਾ ਜੋੜੀ ਆਪਣੇ ਨਾ ਕਾਫੀ ਹੋਈ ਮਸ਼ਹੂਰ, ਹੈ ਨਾ ਮਸ਼ਹੂਰ ਇੱਦਾਂ ਹੋਈ ਨਾ, ਜਦੋਂ ਤੁਹਾਨੂੰ ਦੱਸਿਆ ਵੀ ਜਿਹੜੇ ਦੋਵੇਂ ਇਸ ਪੂਨੀਆ ਗਰਾਊਂਡ 'ਚ ਹੈਗਾ, ਮਿਹਨਤ ਕਰਨ ਦਾ ਜਿਹੜਾ ਇਕੱਠੇ ਹੋਣ ਦਾ ਸਬੱਬ ਜਿਹੜਾ, ਹਾਂਜੀ, ਜਿੱਦਾਂ ਇਹਨਾਂ ਨੂੰ ਦੋਵਾਂ ਨੂੰ ਮਿਲ ਗਿਆ
ਜਿੱਦਾਂ ਜਿਹੜਾ ਛੋਟਾ ਨਾਲ ਨਿੱਕੂ ਸੀਗਾ ਜਿਹੜਾ ਪਿੱਛੇ ਉਹਦੀ ਡੈਥ ਹੋ ਗਈ ਅਮਰੀਕਾ ਚ ਉਹ ਜਦੋਂ ਇਹਨਾਂ ਦੋਵਾਂ ਦਾ ਸੀਨੀਅਰ ਸੀਗਾ ਅੱਛਾ ਜੀ ਉਹ ਜਿੱਦਾਂ ਗਰਾਊਂਡ 'ਚ ਆਉਂਦਾ ਸੀਗਾ ਉਹਦੇ ਨਾਲ ਲੱਗ ਕੇ ਇਹ ਵੀ ਨਾਲ ਅੱਗੇ ਗਾਂਹ ਆਉਣ ਲੱਗੇ ਪਰ ਜਿਹੜਾ ਪਾਲਾ ਇਹ ਇਕੱਲਾ ਗਰਾਊਂਡ 'ਚ ਸਿੱਧਾ ਹੀ ਆਇਆ ਸੀ ਕਿਸੇ ਦੀ ਸਿਫਾਰਿਸ਼ ਨਾਲ ਨਹੀਂ ਕੋਈ ਨਿਆਣਾ ਮੈਂ ਕਹਿੰਦਾ ਬਹੁਤ ਵੱਡਾ ਹੌਂਸਲਾ ਸੀ ਉਸ ਟਾਈਮ ਦੇ ਵਿੱਚ ਹਾਂਜੀ ਕਿਉਂ ਜਿਹੜਾ ਤਕੜੇ ਪਲੇਅਰ ਦੇ ਵਿੱਚ ਮੂਹਰੇ ਆਉਣਾ ਉਹ ਬੜਾ ਔਖਾ ਪਰ ਇਹਦਾ ਉਸ ਟਾਈਮ ਵੀ ਮੈਂ ਹੌਂਸਲਾ ਵੀ ਮੰਨਦਾ ਉਸ ਚੀਜ਼ ਦਾ ਜਿਹੜਾ ਨੇ ਉਦੋਂ ਗਰਾਊਂਡ ਦੇ ਵਿੱਚ ਆ ਕੇ ਜਿਹੜਾ ਮੰਗ ਕੀਤੀ ਵੀ ਮੈਂ ਕਬੱਡੀ ਸਿੱਖਣੀ ਆ ਪਰ ਨਹੀਂ ਬੱਚੇ ਨੂੰ ਬੜਾ ਔਖਾ ਹੁੰਦਾ ਜੋ ਤਕੜਾ ਪਲੇਅਰ ਤੁਹਾਡੇ ਗਾੜੀ ਬੈਠਾ ਹੋਵੇ ਉਹਦੇ ਗਾੜੀ ਜਾ ਕੇ ਮੰਗ ਕਰਨੀ ਖੜਨਾ ਬੜਾ ਔਖਾ ਪਰ ਇਹ ਜਿਹੜਾ ਵੇਖੋ ਕਿੱਥੋਂ ਚੱਲ ਕੇ ਜਲਾਲਪੁਰੋਂ ਚੱਲ ਕੇ ਪੂਨੀਆ ਗਰਾਊਂਡ 'ਚ ਆਇਆ ਅਤੇ ਜਿਹੜੇ ਨੂੰ ਉੱਥੋਂ ਚਸਕਾ ਲੱਗਾ ਠੀਕ ਨੇ ਇਹ ਪਰਮਾਤਮਾ ਲਈ ਆ ਜਿਹੜੀ ਬਖਸ਼ਿਸ਼ ਹੋਈ ਆ ਕੋਈ ਮੈਂ ਨਹੀਂ ਕਹਿ ਸਕਦਾ ਵੀ ਮੈਂ ਮੇਰੇ ਕਰਕੇ ਹੋਇਆ ਅੱਜ ਕਿੱਦਾਂ ਆ ਉਹ ਅੱਜ ਦੂਜਾ ਇੱਕ ਨੰਬਰ ਪਹਿਲਾਂ ਮਿਹਨਤ ਕਰਕੇ ਹੋਇਆ ਦੂਜਾ ਨੰਬਰ ਪਰਮਾਤਮਾ ਬਾਕੀ ਤੀਜਾ ਨੰਬਰ ਜਿਹੜੇ ਮਾਪਿਆਂ ਟਾਈਮ ਦਿੱਤਾ ਪਹਿਲਾ ਨੰਬਰ ਤਾਂ ਮਾਪਿਆਂ ਦਾ ਹੀ ਆ ਹਾਂਜੀ ਜਿਹਨਾਂ ਟਾਈਮ ਦਿੱਤਾ ਅਤੇ ਖੁਰਾਕ ਦਿੱਤੀ ਪਹਿਲਾ ਨੰਬਰ ਉਹਨਾਂ ਦਾ ਬਾਕੀ ਪਰਮਾਤਮਾ ਤੀਜਾ ਨੰਬਰ ਇਹਦਾ ਚੌਥਾ ਤਾਂ ਚਲੋ ਜਿਹੜੇ ਹੁੰਦਾ ਹੀ ਆ ਵੀ ਜਿਹਦੇ ਨਾਲ ਲੱਗਾ ਹੋਵੇ ਨਾ ਤਾਂ ਉਹਦਾ ਹੁੰਦਾ ਹੀ ਆ ਪਰ ਮੈਂ ਅੱਜ ਤੱਕ ਨਹੀਂ ਯਾਰ ਆਪਦੇ ਮੂੰਹ ਤੋਂ ਕੀਤਾ ਪਾਲੇ ਨੇ ਇੰਟਰਵਿਊ ਦੇ ਵਿੱਚ ਲਿਆ ਪਰ ਮੈਂ ਨਹੀਂ ਅੱਜ ਤੱਕ ਕਿਸੇ ਇੰਟਰਵਿਊ 'ਚ ਪਹਿਲੀ ਇੰਟਰਵਿਊ ਆ ਜਿਹੜੀ ਮੈਂ ਉਹਦਾ ਨਾਂ ਲੈਂਦਾ ਵੀ ਪੂਨੀਆ ਗਰਾਊਂਡ ਦੇ ਵਿੱਚ ਆਇਆ ਜਿਹੜੀ ਮੁੱਢਲੀ ਸਿੱਖਿਆ ਜਿਹੜੀ ਇੱਥੋਂ ਸ਼ੁਰੂ ਕੀਤੀ ਆ ਚਲੋ ਬੱਚਾ ਹੁੰਦਾ ਕੋਈ ਵੀ ਬੰਦਾ ਜਿਹੜਾ ਪਲੇਅਰ ਗਰਾਊਂਡ ਜਾ ਕੇ ਪ੍ਰੋਪਰ ਬਣ ਕੇ ਨਹੀਂ ਖੜਦਾ ਹਾਂਜੀ ਉਹਨੂੰ ਲੈਬ ਲੱਗਦੀ ਆ ਛੋਟੇ ਮੋਟੇ ਕਿਤੇ ਖੇਡਦਾ ਵਾ ਨਿੱਕਾ ਨਿੱਕਾ ਖੇਡਦਾ ਵੇਟ 'ਚ ਖੇਡਦਾ ਉਹ ਖੇਡ ਕੇ ਗਾਂਹ ਆਉਂਦਾ ਵਾ ਉਸ ਟਾਈਮ ਮੈਨੂੰ ਨਹੀਂ ਪਤਾ ਕਿਹਦੇ ਨਾਲ ਪਿੱਛੋਂ ਖੇਡਦਾ ਸੀ ਕਿਹੜੀ ਟੀਮ ਖੇਡਦੇ ਨਹੀਂ ਪਰ ਉਹ ਖੇਡਣ ਵਾਲੇ ਸੀ ਨਹੀਂ ਪਲੇਅਰ ਨਹੀਂ ਸੀਗਾ ਜਦੋਂ ਆਇਆ ਉਦੋਂ ਮਿਹਨਤ ਕਰਨ ਵਾਲਾ ਹੀ ਸੀਗਾ ਜਦੋਂ ਪੂਨੀਆ ਗਰਾਊਂਡ ਦੇ ਵਿੱਚ ਆਇਆ ਕਿਉਂਕਿ ਪਰਮਾਤਮਾ ਮੈਂ ਤਾਂ ਕਹਿੰਦਾ ਇੱਦਾਂ ਦੇ ਘਰ ਘਰ ਪੁੱਤ ਇੱਕ ਆਪਣੇ ਹਨ ਕੋਚ ਸਾਹਿਬ ਜਿੱਦਾਂ ਨਾ ਹੁਣ ਕਈ ਪਲੇਅਰ ਆਪਣੇ ਕਹਿ ਦਿੰਦੇ ਵੀ ਸਾਡਾ ਤਾਂ ਉਸਤਾਦ ਹੀ ਹੈ ਨਹੀਂ ਗਾ ਅਤੇ ਉਸਤਾਦ ਤੋਂ ਬਿਨਾਂ ਆਪਣੇ ਕਬੱਡੀ ਹੈਗੀ ਆ ਜਿਹੜਾ ਨਾ ਕਬੱਡੀ ਬਹੁਤ ਸੌਖੀ ਹੋਈ ਜੇ ਕਿਸੇ ਨੇ ਸਿੱਖਣੀ ਹੋਵੇ ਨਾ ਪਰ ਨਹੀਂ ਜੇ ਕਿਸੇ ਦੀ ਮਾਰ ਖਾਧੀ ਹੋਵੇ ਨਾ ਉਹ ਡੋਲਦਾ ਨੀਗਾ ਹਾਂਜੀ ਗੁਰਾ ਬੇਗੁਰਾ ਜਿਹੜਾ ਅਨਗੁਰਾ ਜਿਹੜਾ ਫਿਰ ਤੁਹਾਨੂੰ ਧੱਕੇ ਹੀ ਖਾਂਦਾ ਫਿਰਦਾ ਉਹਨੂੰ ਢੋਏ ਨਹੀਂ ਕਿਸੇ ਪਾਸੇ ਮਿਲਦੀ ਕਿਸੇ ਪਾਸੇ ਤਕੜਾ ਨਹੀਂ ਹੁੰਦਾ ਅਤੇ ਜਿਹੜਾ ਬੰਦਾ ਗੁਰੂ ਜਿਹੜਾ ਧਾਰਨ ਕਰਦਾ ਚਾਹੇ ਕਿਸੇ ਨੂੰ ਗੁਰੂ ਮੰਨਦਾ ਦਿਲੋਂ ਮੰਨਦਾ ਵਾ ਸਭ ਤੋਂ ਵੱਡਾ ਸਤਿਕਾਰ ਆ ਸਾਡੇ ਮਾਂ ਪਿਓ ਜੰਮਦੇ ਆ ਸਾਡਾ ਸਤਿਕਾਰ ਆ ਸਾਡਾ ਮਾਂ ਪਿਓ ਆ ਸਾਨੂੰ ਜੰਮਿਆ ਵਾ ਅਤੇ ਚੱਲ ਮਿਹਨਤ ਕਰਕੇ ਗਾਂਹ ਜੋ ਮਰਜ਼ੀ ਬਣ ਜਾਈਏ ਪਹਿਲੋਂ ਸਤਿਕਾਰ ਜਿਹੜਾ ਸਾਡਾ ਮਾਪਿਆਂ ਦਾ ਬਣਦਾ ਜਿਹਨਾਂ ਸਾਨੂੰ ਪਾਲਿਆ ਇਸੇ ਤਰ੍ਹਾਂ ਜੇ ਕੋਈ ਕਿਸੇ ਕਿੱਤੇ ਦੇ ਵਿੱਚ ਆਉਂਦੇ ਹਾਂ ਅਤੇ ਉਹਦੇ ਵਿੱਚ ਆ ਕੇ ਜੇ ਤੁਹਾਨੂੰ ਉਹ ਤੋਂ ਉੱਥੋਂ ਤੁਹਾਨੂੰ ਪ੍ਰੇਰਣਾ ਮਿਲਦੀ ਆ ਕਿਸੇ ਰਸਤਾ ਰਾਹ ਮਿਲਦਾ ਅਤੇ ਉਹ ਵੀ ਤੁਹਾਡੇ ਸਤਿਕਾਰ ਯੋਗ ਆ ਉਹਦਾ ਮੈਂ ਤਾਂ ਕਹਿੰਦਾ ਕਿਤੇ ਵੀ ਕੋਈ ਪਲੇਅਰ ਵੀ ਆ ਸਤਿਕਾਰ ਕਰਨਾ ਚਾਹੀਦਾ ਉਹਦੇ ਵੱਡਿਆਂ ਦਾ ਸਤਿਕਾਰ ਕਰਨਾ ਇਹਦਾ ਮਾਂ ਪਿਓ ਦਾ ਸਤਿਕਾਰ ਕਰੋ ਜਿਹਨਾਂ ਤੁਹਾਨੂੰ ਜੰਮ ਪਾਲ ਕੇ ਵੱਡੇ ਕਰਕੇ ਤੁਹਾਨੂੰ ਇਹ ਰਸਤੇ ਖੁੱਲ੍ਹੇ ਦਿੱਤੇ ਜਾ ਕੇ ਜਾਓ ਮਿਹਨਤ ਕਰ ਲਓ ਪਰ ਮੈਂ ਕਦੇ ਨਾਲ ਨਾਲ ਦੱਸਦਿਆਂ ਵੀ ਮੇਰੇ ਘਰ ਦੇ ਵਿੱਚ ਵੀ ਬਹੁਤ ਗਰੀਬੀ ਸੀ ਮੈਂ ਗਰੀਬੀ ਦੇ ਵਿੱਚ ਉੱਠ ਕੇ ਅੱਜ ਵੀ ਮੀਡੀਆ ਆਈ ਹਾਂ ਮੈਂ ਕੋਈ ਅਮੀਰ ਨੀਗਾ ਬਾਲਿਆਂ ਵਾਲੀ ਛੱਤ ਆ ਮੇਰੇ ਸਿਰ 'ਤੇ ਅਤੇ ਜਿਹੜੀ ਪਾਲਾ ਵੀ ਜਿਹੜੇ ਇਸੇ ਚੀਜ਼ ਦੇ ਵਿੱਚ ਉੱਠਿਆ ਗਰੀਬੀ ਦੇ ਵਿੱਚ ਉੱਠ ਕੇ ਆ ਜਿਹੜਾ ਬੰਦਾ ਇਸ ਚੀਜ਼ ਨੂੰ ਸਮਝ ਗਿਆ ਅਤੇ ਉਹਨੇ ਮੰਜ਼ਿਲ ਪਾਉਣੀ ਪਾਉਣੀ ਆ ਜੇ ਮਨ ਦੇ ਵਿੱਚ ਵੱਡਪਣਾ ਆ ਗਿਆ ਪਹਿਲੇ ਤੋਂ ਹੀ ਵੀ ਮੈਂ ਵੱਡਾ ਮੈਂ ਹੰਕਾਰੀ ਮੈਂ ਤਕੜਾ ਵਾਂ ਅਤੇ ਉਹ ਤਕੜਾ ਕਿਤੇ ਨਹੀਂ ਹੋ ਸਕਦਾ ਤਕੜਾ ਹੋਣਾ ਵਾ ਮਨ ਨੂੰ ਮਾਰਨਾ ਪੈਣਾ ਨੀਵਾਂ ਸਮਝਣਾ ਪੈਣਾ ਅਤੇ ਫਿਰ ਜਾ ਕੇ ਉੱਚਾ ਬਣ ਹੋਣਾ ਜੇ ਤੁਸੀਂ ਪਹਿਲਾਂ ਉੱਚੇ ਸਮਝ ਲੱਗ ਪਏ ਧੌਣ ਤਾਣ ਕਰਕੇ ਤੁਰ ਪਏ ਅਤੇ ਥੱਲੇ ਠੇਡਾ ਵੱਜਣਾ ਹੀ ਵੱਜਣਾ ਜੇ ਤੁਸੀਂ ਦੇਖ ਕੇ ਤੁਰੋਗੇ ਅਤੇ ਚੰਗੇ ਰਹੋਗੇ ਇਸ ਕਰਕੇ ਜ਼ਿੰਦਗੀ ਜਿਹੜੀ ਆ ਇਹ ਠੋਕਰਾਂ ਭਰੀ ਆ ਬੰਦੇ ਨੂੰ ਸੋਚ ਸਮਝ ਕੇ ਚੱਲਣਾ ਚਾਹੀਦਾ ਜੇ ਕਿਸੇ ਦਾ ਸਤਿਕਾਰ ਕਰੋਗੇ ਤੁਹਾਡਾ ਕਰੂਗਾ ਜੇ ਤੁਸੀਂ ਨਹੀਂ ਕਰੋਗੇ ਤੁਹਾਡਾ ਨਹੀਂ ਕਰੂਗਾ ਹਾਂਜੀ ਹੁਣ ਵੀ ਪਾਲੇ ਦੀ ਮਰਜ਼ੀ ਜਦੋਂ ਮਰਜ਼ੀ ਫੋਨ ਕਰ ਲਵੇ ਨਾ ਕਰ ਲਵੇ ਮੈਂ ਉਹਨੂੰ ਪਹਿਲਾਂ ਨਹੀਂ ਕੀਤਾ ਵੀ ਤੂੰ ਇੱਦਾਂ ਕਾਇਦਾ ਆਹ ਕਰਨਾ ਜਦੋਂ ਪਾਲਾ ਜੋ ਬਾਹਰੋਂ ਆਉਂਦਾ ਸੀ ਮੈਨੂੰ ਮੈਂ ਤੁਹਾਨੂੰ ਬੜਾ ਦੱਸ ਨਹੀਂ ਸਕਦਾ ਦਸ ਦਸ ਹਜ਼ਾਰ ਰੁਪਈਆ ਮੱਥਾ ਟੇਕ ਕੇ ਜਾਣਾ ਚਾਹੇ ਬਦਾਮ ਲਿਆਉਣੇ ਉਸਤਾਦ ਜੀ ਤੁਹਾਡੇ ਵਾਸਤੇ ਲਿਆ ਇੱਦਾਂ ਦਾ ਸੀਗਾ ਪਰ ਚਲੋ ਅੱਜ ਕਬੀਲਦਾਰ ਆ ਬੱਚੇ ਆ ਮਜਬੂਰੀ ਆ ਬਾਹਰਲੇ ਮੁਲਕ ਰਹਿਣਾ ਖੇਡਣਾ ਮਜਬੂਰੀ ਆ ਪਰ ਉਹਦੇ ਦਿਲ ਦੇ ਵਿੱਚ ਉਹੋ ਸਤਿਕਾਰ ਉਹ ਬੱਚਿਆਂ ਵੱਡਿਆਂ ਵਾਲਾ ਸਤਿਕਾਰ ਉਹਦੇ ਵਿੱਚ ਜਦੋਂ ਵੀ ਕਦੇ ਕਿਉਂ ਮੇਰਾ ਨਾਲ ਨਾਲ ਫੈਮਿਲੀ ਰਿਲੇਸ਼ਨ ਵੀ ਬਣ ਗਿਆ ਜਿੱਦਾਂ ਦੱਸਿਆ ਵੀ ਪੱਲੇ ਦਾ ਵਿਆਹ ਸੀਗਾ ਵੀ ਉਹਨੇ ਜਿਹੜੀ ਵਰਦੀ ਮੈਨੂੰ ਪਹਿਲਾਂ ਲੈ ਕੇ ਕੋਟ ਸਵਾ ਕੇ ਨੰਦਾ ਦੇ ਜਿਹੜਾ ਪੈਸੇ 10 ਰੁਪਈਏ ਮੈਨੂੰ ਕਿਹਾ ਕੋਸ ਮੈਨੂੰ ਦਿਓ ਤਾਂ ਮੈਂ ਮੱਥਾ ਟੇਕਣਾ ਇਦੋਂ ਵੱਡਾ ਸਤਿਕਾਰ ਹੋਰ ਕੀ ਹੋ ਸਕਦਾ